जब अपना सारा मीडिया लेके हुन पूछो तो परेशानी आई वहां भी परेशानी जो तो ए होके गए सारे फेर कर चाह पानी बनाते हैं जो ये सी चले करो क्या रुके चाह किसान से टैंक को भर मान के पीने से दवाइयां कंबल सिवामा एक एक मिसाल बन के दुनिया दे रही है सच सी ये बड़ा बड़ा देश कमजोर है रीढ़ की हड्डी काम की थी गुरु नानक साहब जी की फिलोसफी ने पावे किसान यूपी का सी पावे किसान उत्तराखंड का सी ਪਾਵੇ ਪੰਜਾਬ ਦਾ ਸੀ ਪਾਵੇ ਹਰਿਆਣੇ ਦਾ ਸੀ ਪਾਵੇ ਮਹਾਰਾਸ਼ਟਰ ਦਾ ਸੀ ਪਾਵੇ ਰਾਜਸਥਾਨ ਦਾ ਸੀ ਕਿਸੇ ਸ਼ੇਰ ਦਾ ਕਿਸਾਨ ਸੀ ਮਾਣ ਕਰਦਾ ਸੀ ਸਤ ਗੁਰੂ ਨੇ ਕੈਸੀ ਬਰਕਤ ਦਿੱਤੀ ਹੈ ਕਿ ਅਸੀਂ ਇਕੱਠੇ ਬੈਠਦੇ ਹਾਂ ਇਕੱਠੀ ਵਿਚਾਰ ਸਭ ਜਾਣੋ ਸਭ ਜਾ ਕੇ ਗੁਰਦਾਰ ਹੁੰਦੀ ਸੀ ਉੱਥੇ ਉਹ ਬਲ ਮਿਲਦਾ ਸੀ ਜਿਹਦੇ ਤੇ ਸੱਤ ਸਾਲ ਦੇ ਸਭ ਜਾ ਕੇ ਪਰ ਦਰਬਾਰ ਵਿੱਚ ਸਵਾਲਾਂ ਦੇ ਜਵਾਬ ਹੁੰਦੇ ਨੇ ਆਪਣੇ ਹੱਕਾਂ ਪ੍ਰਤੀ ਸਾਨੂੰ ਸਦਾ ਹੀ ਸੁਚੇਤ ਰਹਿਣਾ ਚਾਹੀਦਾ ਲੜਨਾ ਚਾਹੀਦਾ ਆਪਣੀਆਂ ਮੰਗਾਂ ਨੂੰ ਰੱਖਣਾ ਚਾਹੀਦਾ ਕੋਈ ਨਜਾਇਜ਼ ਨਹੀਂ ਸੀ ਸਾਡੀ ਸਾਡਾ ਹੱਕ ਸੀ ਸਾਡੇ ਰਾਈਟ ਸੀ ਬਸ ਇਹ ਚੇਤਾ ਰੱਖਿਓ ਮੇਰੇ ਵੀਰੋ ਭੈਣੋ ਬਜ਼ੁਰਗੋ ਅਸੀਂ ਉਸ ਗੁਰੂ ਦਾ ਕਦੀ ਦੇਣਾ ਨਹੀਂ ਦੇ ਸਕਦੇ ਜਿੰਨੀ ਵਾਰ ਅਸੀਂ ਸ਼ੁਕਰਾਨਾ ਕਰੀਏ ਉਨੀ ਵਾਰ ਥੋੜਾ ਹੈ ਉਸ ਮਾਰ ਦਾ ਅਸੀਂ ਕਰਜ਼ਦਾਰ ਹਾਂ ਵੱਡੀ ਉਮਰ ਦੇ ਬੁੱਢੇ ਬਹਾਦਰ ਸਾਹਿਬ ਦੇ ਕਰਜ਼ਦਾਰ ਨੇ ਨੌਜਵਾਨ ਸਾਹਿਬ ਜਾਦਿਆਂ ਦੇ ਕਰਜ਼ਦਾਰ ਨੇ ਮੇਰੀਆਂ ਭੈਣਾਂ ਉਹਨਾਂ ਸਾਹਿਬਜ਼ਾਦਿਆਂ ਨੇ ਮਾਮਾ ਦੇ ਕਰਜ਼ਦਾਰ ਨੇ ਮੇਰੀਆਂ ਬਜ਼ੁਰਗ ਮਾਮਾ ਮਾਤਾ ਗੁਜਰ ਕੌਰ ਦੇ ਕਰਜ਼ਦਾਰ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਸਾਡੇ ਤੋਂ ਕੁਰਬਾਨ ਕਰ ਦਿੱਤਾ ਪਾਤਸ਼ਾਹ ਦੀ ਬਾਣੀ ਇੱਥੇ ਸਿੱਖਿਆ ਦਿੰਦੀ ਹੈ ਪਰ ਤੰਗ ਪਰ ਤੰਗ ਪਰ ਵੀ ਨਿੰਦਾ ਪਰ ਅਤਵਾਦ ਨਾ ਛੁੱਟੇ ਆਵਾ ਗੌਣ ਹੋਤ ਹੈ ਖੁਣ ਖੁਣ ਇਹ ਪ੍ਰਸੰਗ ਨਾ ਜੇ ਤਾ ਕਥਾ ਹੋਤ ਹਰ ਸੰਗ ਜੇ ਕਥਾ ਹੁੰਦੀ ਹੈ ਚੰਗੀ ਗੱਲ ਹੁੰਦੀ ਹੈ ਇੱਕ ਨੁਕ ਨਾ ਤੀਨੋਂ ਮੈਂ ਫੇਰਾ ਮੇਰਾ ਵੀ ਉੱਥੇ ਜਾਣ ਨੂੰ ਜੀ ਕਰਦਾ ਕਿੱਥੇ ਜੀ ਕਰਦਾ ਲੱਪਟ ਵਿਗੜੇ ਹੋਏ ਬੰਦੇ ਚੋਰ ਦੂਤ ਮਾਰੇ ਬੰਦੇ ਨਸ਼ੇੜੀ ਬੰਦੇ ਦੂਤ ਮਤਵਾਰੇ ਤਿੰਨ ਸੰਗ ਸਦਾ ਵਸੇਰਾ ਉਹਨਾਂ ਨਾਲ ਮੇਰਾ ਵਾਸ ਹੈ ਉੱਥੋਂ ਮੇਰਾ ਉੱਠਣ ਨੂੰ ਜੀ ਨਹੀਂ ਕਰਦਾ ਤੇ ਚੰਗਿਆਂ ਨਾਲ ਮੇਰਾ ਬਹਿਣ ਨੂੰ ਜੀਨੇ ਨੂੰ ਜੀ ਨਹੀਂ ਕਰਦਾ ਗੋਬਿੰਦ ਹਮ ਐਸੇ ਅਪਰਾਧੀ ਕੀ ਅਪਰਾਧ ਹੈ ਜ਼ਿੰਦਗੀ ਜੀ ਹੈਗਾ ਆਓ ਇਸ ਅਪਰਾਧ ਨੂੰ ਦੂਰ ਕਰੋ ਹੋਣਾ ਇਹ ਚਾਹੀਦਾ ਮੇਰਾ ਚੰਗਿਆਂ ਕੋਲ ਉੱਠਣ ਨੂੰ ਜੀ ਨਾ ਕਰੇ ਤੇ ਮਾਰਿਆਂ ਨਾਲ ਕੇ ਬਹਿਣ ਨੂੰ ਮੇਰਾ ਦੇਣ ਨਾ ਕਰੇ ਅਪਰਾਧ ਇਹ ਆ ਇਹ ਅਪਰਾਧ ਹੈ ਮੇਰੀ ਜ਼ਿੰਦਗੀ ਦਾ ਜਿਹਦੇ ਤੇ ਚੰਗੀਆਂ ਗੱਲਾਂ ਹੁੰਦੀਆਂ ਉੱਥੇ ਮੇਰਾ ਬਹਿਣ ਨੂੰ ਦਿਲ ਨਹੀਂ ਕਰਦਾ ਜਿੱਥੇ ਮਾੜੀਆਂ ਗੱਲਾਂ ਹੁੰਦੀਆਂ ਉੱਥੇ ਮੇਰਾ ਉੱਠਣ ਨੂੰ ਦਿਲ ਨਹੀਂ ਕਰਦਾ ਉਲਟਾ